ਟੌਪਿਕ ਜੀ ਸਤਿਕਾਰ ਯੋਗ ਭੈਣੋ ਭਰਾਵੋ ਅਤੇ ਬਹੁਤ ਪਿਆਰੀ ਬੱਚੀ ਅੱਜ ਭਾਗਾਂ ਵਾਲਾ ਦਿਹਾੜਾ ਹੈ ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਮਹਿਫਲ ਵਿੱਚ ਜੁੜਿਆ ਹੋਇਆ ਦੇਖਦੀ ਹਾਂ ਬਹੁਤ ਚੰਗਾ ਲੱਗਿਆ ਤੇ ਉਸ ਤੋਂ ਵੀ ਵੱਧ ਚੰਗਾ ਲੱਗਿਆ ਕਿ ਮੇਰਾ ਨੌਜਵਾਨ ਬੇਟਾ ਨਵੀਆਂ ਪੈੜਾਂ ਪਾ ਕੇ ਇਸ ਕਦਮ ਦਰ ਕਦਮ ਮਿਲਾਉਂਦਾ ਹੋਇਆ ਨਵੀਂ ਇੱਕ ਨਵੀਂ ਪਲਾਂਘ ਪੁੱਟ ਕੇ ਤੇ ਇੱਕ ਨਵੇਂ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਜਾਣੀ ਇਹਦਾ ਉਪਰਾਲਾ ਬਹੁਤ ਸਫਲ ਹੈ ਜਿਵੇਂ ਆ ਬੇਟੇ ਨੇ ਦੱਸਿਆ ਕਿ ਇਹਨੇ ਸਾਨੂੰ ਲਾਹੌਰ ਦੀ ਸੈਰ ਕਰਾਈ ਹੈ ਮੈਂ ਹੁਣ ਤੱਕ ਇਹ ਸੁਣਦੀ ਆਈ ਹਾਂ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹਨੇ ਦੁਨੀਆਂ ਦਾ ਕੁਛ ਵੀ ਨਹੀਂ ਦੇਖਿਆ ਤੇ ਇਹਨੇ ਸਾਨੂੰ ਸਾਖਿਆ ਚ ਲਾਹੌਰ ਦਿਖਾ ਦੇਣਾ ਤੇ ਇਹ ਬਿਲਕੁਲ ਵਧਾਈ ਦਾ ਪਾਤਰ ਹੈ ਮੈਂ ਇਸ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਸਾਰੇ ਬੱਚੇ ਇਸ ਬੇਟੇ ਤੋਂ ਪ੍ਰੇਰਨਾ ਲੈਣ ਅਤੇ ਸਮਾਜ ਲਈ ਜਾਂ ਲੋਕਾਂ ਲਈ ਜਾਂ ਸਾਡੇ ਦੇਸ਼ ਲਈ ਜਾਂ ਕੁਛ ਵੀ ਕਰ ਸਕਣ ਦਾ ਉਪਰਾਲਾ ਕਰਨ ਤਾਂ ਇਹ ਆਪਣੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਕਹਿੰਦੇ ਆਪਾਂ ਸਾਰੇ ਆਪਣੇ ਆਪ ਨੂੰ ਇਨਸਾਨ ਤਾਂ ਸਮਝਦੇ ਹਾਂ ਪਰ ਇਨਸਾਨ ਹੋਣ ਦਾ ਮਤਲਬ ਇਹ ਨਹੀਂ ਕਿ ਰੋਜ਼ ਵਾਲੀਆਂ ਜਿਹੜੀਆਂ ਕਿਰਿਆਵਾਂ ਨੇ ਖਾ ਪੀ ਲਿਆ ਸੌ ਗਏ ਤੇ ਬੱਚੇ ਪਾਲ ਲਏ ਬਸ ਇਹ ਕਿਰਿਆਵਾਂ ਪੂਰੀਆਂ ਕਰ ਲਈਆਂ ਤਾਂ ਅਸੀਂ ਇਨਸਾਨ ਬਣ ਗਏ ਇਹ ਇਨਸਾਨੀਅਤ ਨਹੀਂ ਹੁੰਦੀ ਇਹ ਕਿਰਿਆਵਾਂ ਤਾਂ ਪਸ਼ੂ ਵੀ ਕਰ ਲੈਂਦੇ ਆ ਇਨਸਾਨੀਅਤ ਉਹ ਹੁੰਦੀ ਹੈ ਕਿ ਅਸੀਂ ਆਪਣੇ ਸਮਾਜ ਲਈ ਆਪਣੇ ਦੇਸ਼ ਲਈ ਜਾਂ ਆਪਣੇ ਲੋਕਾਂ ਲਈ ਕੁਛ ਕਰ ਸਕੀਏ ਜਿਹੜੇ ਬੱਚੇ ਜਾਂ ਜਿਹੜੇ ਸਿਆਣੇ ਜਾਂ ਜਿਹੜੇ ਬਜ਼ੁਰਗ ਆਪਣੇ ਲੋਕਾਂ ਲਈ ਇਹੋ ਜਿਹਾ ਕੋਈ ਅਪਰਾਧਾ ਕਰ ਰਹੇ ਹਨ ਉਹ ਸੱਚਮੁੱਚ ਹੀ ਵਧਾਈ ਦੇ ਪਾਤਰ ਹਨ ਤੇ ਮੈਂ ਇਸ ਬੱਚੇ ਨੂੰ ਆਪਣੇ ਇਸ ਉਪਰਾਲੇ ਲਈ ਵਧਾਈ ਦਿੰਦੀ ਹਾਂ ਅਤੇ ਸਾਰਿਆਂ ਦਾ ਇੱਥੇ ਆਉਣ ਲਈ ਧੰਨਵਾਦ ਕਰਦੀ ਹਾਂ ਕਿ ਇਸ ਬੱਚੇ ਨੂੰ ਆਪਾਂ ਹੌਸਲਾ ਅਫਜਾਈ ਕਰਨ ਲਈ ਇੱਥੇ ਸਾਰੇ ਇਕੱਠੇ ਹੋਏ ਹਾਂ ਤੇ ਬਹੁਤ ਬਹੁਤ ਧੰਨਵਾਦ।